time to shine. Show that's the kind of state of mind you gotta combine with hard work and time. You gotta climb to the top. Good morning, guys. Horse no ki hal chala. I hope you're bahut gode ho gaye. Main bahut gode ha. Te chaa di duty lagi apne sare sare chaa pinne ha. Te nikal jaane college wal nu. Fir se meri te class 1 baje ha. But us sandi te armaan di class 9 baje. Isliye jana pehne pehla ਉਹ ਵੀ ਅੱਧਾ ਪੁਣਾ ਘੰਟਾ ਪਹਿਲਾਂ ਤੁਰਨਾ ਬਣਾ ਅੱਜ ਕਿਉਂਕਿ ਰੋਡ ਆ ਫਰੋਜ਼ਨ ਹੋਏ ਪਏ ਆ ਅਤੇ ਗੱਡੀ ਬਹੁਤ ਸਕਿੱਡ ਕਰਦੀ ਆ ਇਸ ਕਰਕੇ ਆਪਾਂ ਪਹਿਲਾਂ ਤੁਰਦੇ ਹਾਂ ਅਤੇ ਤੁਹਾਨੂੰ ਮਿਲਦੇ ਹਾਂ ਕਾਲਜ ਪਹੁੰਚ ਕੇ ਆਹ ਦੇਖੋ ਚੀਜ਼ਾਂ ਹੋ ਜਾਂਦੀਆਂ ਕਿਤੇ ਫਰੋਜ਼ਨ ਫਿਰ ਗੱਡੀ ਤਾਂ ਪਰਫੈਕਟ ਜੰਮੀ ਆ ਬੜਾ ਕੰਮ ਔਖਾ ਬੜਾ ਹੀ ਬਹੁਤ ਜ਼ਿਆਦਾ ਛੇਤੀ ਆ ਭੱਜ ਗਿਆ ਭੱਜ ਕੇ ਕਿੱਦਾਂ ਕਿੱਦਾਂ ਲੱਗੀ ਠੰਡ ਫਿਰ ਅੱਜ ਸਾਨੂੰ ਰੋਜ਼ ਵੇਟ ਕਰਾਉਂਦੀ ਸੀ ਸਾਨੂੰ ਰੋਜ਼ ਵੇਟ ਕਰਾਉਂਦੀ ਸੀ ਅੱਜ ਅੱਧਾ ਘੰਟਾ ਖੜਾਈ ਠੰਡ 'ਚ ਐ ਨਾ ਯਾਰ मीटिंग टाइम चलोगे इधर देख मीटिंग ने इन्हां दी मीटिंग टाइम लग रहा तेरी मीटिंग चंगे तरीके अज अहीं ਉਹ ਵੇਖ ਲਓ ਪਤਾ ਨਹੀਂ ਇਹਨੂੰ ਕਿਹਦਾ ਫੋਨ ਆਇਆ ਵਾ ਜਦੋਂ ਹੀ ਤੁਰੀ ਨਾ ਕੈਲਗਰੀ ਤੋਂ ਫੋਨ ਤੇ ਲੱਗੀ ਉਹਨਾਂ ਦੀ ਰਵੀ ਸਾਹਿਬ ਕਰਨ ਗੱਡੀ ਸਪਾਈ ਇਹਨੂੰ ਪਤਾ ਨਹੀਂ ਕੀ ਹੋ ਗਿਆ ਅੱਜ ਸਵੇਰੇ ਸਵੇਰੇ ਫੋਨ ਚਾਹ ਰੱਖਿਆ ਸਪਾਈ ਕਰਨ ਵਾਸਤੇ ਮੈਂ ਤਾਂ ਕਹਿੰਦਾ ਘਰ ਜਾ ਕੇ ਵੈਕਿਊਮ ਕਰਾ ਦਾਂਗੇ ਬਟ ਕਹਿੰਦਾ ਨਹੀਂ ਮੈਂ ਆਪੇ ਕਰਨੀ ਆ ਮੈਂ ਚੱਲ ਤੂੰ ਕਰ ਲਾ ਬਾਹਰ ਠੰਡ ਬਹੁਤ ਜ਼ਿਆਦੀ ਆ ਤੁਸੀਂ ਆ ਦੇਖ ਸਕਦੇ ਹੋ ਠੰਡ ਦਾ ਲੈਵਲ ਕੀ ਹੋਏਗਾ ਮੈਂ ਭੱਜ ਕੇ ਜਾਣਾ ਅੰਦਰ ਉਹ ਅੱਜ ਮਾਨਸੀ ਨੇ ਮਨਾ ਕਰਨਾ ਉਹਨੂੰ ਮੈਂ ਰਾਤੀ ਕਿਹਾ ਸੀ ਆਲੂ ਵਾਲੇ ਪਰੌਂਠੇ ਲਿਆਈ ਤੇ ਉਹ ਬਣਾਉਣਾ ਲਵੇਗਾ ਜੇ ਕਾਂਚ ਰੋਟੀ ਲਿਆਈ ਆ ਪਹਿਲਾਂ ਉਹਨੂੰ ਫੋਨ ਕਰਕੇ ਮਨਾ ਕਰਦਾ ਵਾਂ ਉਹਨੂੰ ਕਹਿੰਦਾ ਚਾਹ ਦਾ ਕੱਪ ਲਿਆ ਕੱਪ ਚਾਹ ਦਾ ਕੱਪ ਕੱਪ ਲਿਆ ਉਹ ਪੀ ਲਾਂਗੇ ਅਸੀਂ ਸਾਡੀ ਕਲਾਸ ਨੂੰ ਇੱਕੋ ਜਿਹੀ ਆ ਪਰ ਸਾਡੇ ਮੋਹ ਪਿਆਰ ਨੂੰ ਅਜੀਦਾ ਠੀਕ ਆ ਹੁਣ ਤੂੰ ਭੈਣ ਹੁਣ ਤੂੰ ਭੈਣ ਨਾਲ ਪਿਆਰ ਵਿਖਾ ਹੈ ਤੇ ਜਿੱਦਾਂ ਕਿਤੇ ਨਾ ਮੈਨੂੰ ਬੂਟ ਲੈ ਦੇ ਸੋਹਣੇ ਜਿਹੇ ਬਲੈਂਸੀ ਕਾਦੇ ਆਉਂਦੇ ਨਾ ਭੁੱਲ ਗਿਆ ਮੈਂ ਅਰਾਊਂਡ ਜਿਆਦਾ 21 ਫੁੱਟ ਉੱਪਰ ਦੇ ਆ ਉਹ ਲੈ ਜਾ ਬਸ ਤੇ ਕਾਊਂਟ ਤੇ ਜਮਾ ਹੁੰਦਾ ਹੈ फीस भरी जाती बस मिनट च पैसे इन्हें तुसीं रिच जो यार ਮੈਂ ਤਾਂ ਲੱਗ ਰਿਹਾ ਫੀਸ ਫੀਸ ਤੇ ਨਹੀਂ ਭਰਨੀ ਯਾਰ ਤੂੰ ਕਾਹਦੀ ਫੀਸ ਭਰਨੀ ਆ ਗ੍ਰਾਫਿਕ ਸਮੈਸਟਰ ਨਹੀਂ ਹੈਗਾ ਬਰੋ ਮੈਂ ਤੇ ਚੇਤਾ ਚੁੱਤੇ ਨਹੀਂ ਫੀਸ ਭਰਦਾ ਚਲ ਕੋਈ ਨਾ ਕਰਦੇ ਕੋਈ ਨਾ ਕੋਈ ਹੀਲਾ ਫੀਸ ਦਾ ਵੀ ਟੈਨਸ਼ਨ ਨਹੀਂ ਲੈਣੀ ਆਪਾਂ ਪਰਵਾਹ ਨਹੀਂ ਕਰਨੀ ਬਾਬਿਓ ਚੱਲੀ ਆ ਤਾਂ ਠੀਕ ਆ ਓਕੇ ਦੇਖ ਮੇਰਾ ਯਾਰ ਬੇਸ਼ਰਮ ਹੈ ਕੋਈ ਸ਼ਰਮ ਕਰ ਲੋ ਮਾਸਾ ਭੋਰਾ ਅਸਾਈਨਮੈਂਟ ਕਰਨ ਦੇ ਕਿਨੂੰ ਆਵਾਜ਼ ਮਾਰ ਲੋ ਅਗਲਾ ਬੰਦਾ ਅਸਾਈਨਮੈਂਟ ਕਰ ਦੋ ਉਹਦੀ ਕਰ ਦੋ ਉਹਨੇ ਚਾਰੇ ਨੇ ਕੀ ਕਰਨੀ ਮਾ ਆਹ ਹਾ ਜਿਗਰਾ ਭਾਈ ਕੁੜੀ ਨੇ ਦਬ ਦੀ ਕਿਦੇ कंजूस ने मंदे रवि जाओगे हाँ। हाँ। हाँ।
ਐ ਪਰਵਾਹ ਕਰਦਾ ਤੂੰ ਦੱਬਦਾ ਤੂੰ ਐ ਕਿਉਂ ਲੱਗਦਾ ਕਿ ਹਾਂ ਬਈ ਕਿਤੇ ਵੀ ਜੌਬ ਲੱਗ ਜਾਂਗੀ ਤੇ ਸਾਰੇ ਮਤਲਬ ਕਿ ਅੱਜ ਸਾਨੂੰ ਐਡਜਸਟ ਕਰਨਾ ਫਸਟਲੀ ਮੈਂ ਅਵੇਲੇਬਿਲਟੀ ਚ ਮੈਂਸ਼ਨ ਕੀਤਾ ਸੀ ਮੈਂ ਮਾਰਨਿੰਗ ਸ਼ਿਫਟ ਨਹੀਂ ਅਟੈਂਡ ਕਰਨੀ ਉਹਨਾਂ ਨੇ ਮੇਰੀ ਮਾਰਨਿੰਗ ਸ਼ਿਫਟ ਲਗਾਈ ਹੈ ਦੈਟਸ देयर ਮਿਸਟੇਕ ਓ ਮਾਈ ਗੋਡ तू कॉन्फिडेंस ना मारता अज मेनू मेरा कतल है अज जो ना मेरी रूह भरी है अंदरों शरीर ही तेरे फिर रूह का कतल हो गया कतल मर गए ब्रो अज के छित्र खाने पक्की गल मानसी ने चावल भुखा मारना ही सारे दे चावल डर्टी पीपल्स ने ब्रो डर्टी पीपल्स शिट पीपल्स लाइक उड़ी ਰਿਵਾਲਵਰ ਜਾਂ ਤੇ ਉਹ ਬੰਦੂਕ ਜੀ ਤੇ ਉੱਤੋਂ ਫੈਰ ਮਾਰੋ ਚਿੜੀ ਉੜਦੀ ਦੇ ਹਾਂ ਥੱਲੇ ਆ ਕੇ ਡਿੱਗ ਗਿਆ ਕਿਨੇ ਮਾਰ ਲਈ ਉਹ ਯਾ ਬਿੱਲਾ ਮਾਰ ਲਿਆ ਤੇ ਖਾ ਲਿਆ ਖਾ ਲਿਆ ਤੇ ਹੁਣ ਬਿੱਲਾ ਵਾਸ ਲੋਕ ਬਿੱਲਾ ਲੋਕਾਂ ਵਾਸ ਆਡੜ ਵਾ ਹੁਣ ਤੂੰ ਬਿੱਲਾ ਕਹਿੰਦੇ ਆ ਨਹੀਂ ਬ్రో ਬਾਗੜ ਬਿੱਲਾ ਏ ਇਹ ਤੇ ਬਾਗੜ ਬਿੱਲਾ ਏ ਤੂੰ ਨਾਮ ਦੇਖ ਬ్రో 1 ਲੱਖ ਡਾਲਰ ਦਾ ਬੂਟਾ ਸਮਝਿਆ ਤੂੰ ਨਹੀਂ ਚੋਰੀ ਹੋਈ ਮੇਰੇ ਮੈਨੂੰ ਛੱਕ ਲੱਗ ਪੂਰਾ ਛੱਕ ਸੀ ਮੈਨੂੰ ਵੀ ਆਪਾਂ ਕੈਮਰਾ ਚੈੱਕ ਕਰਦੇ ਆਪਣਾ ਘਰ ਜਾ ਕੇ ਨਾ ਜੀ ਅਸ ਕੈਮਰੇ ਖੋਲਦੇ ਆ ਨਾ ਸਾਡੇ ਘਰ ਚੀਜ਼ਾਂ ਗੈਪ ਹੋਈਆਂ ਨੇ ਕੋਈ ਲੋਕ ਆਏ ਸੀ ਆਈ ਸੀ ਉਦੋਂ ਇਹ ਮੈਨੂੰ ਲੱਗਣ ਡਿਆ ਸਮਾਨ ਜਿਹਾ ਚੋਰੀ ਹੋਇਆ ਫਿਰ ਲੈ ਮੈਂ ਕੱਲੇ ਸ਼ੂਜ਼ ਹੀ ਚੱਕਣੇ ਨੇ ਨਹੀਂ ਨਹੀਂ ਸਾਡਾ ਆਈਡੀ ਚੀਜ਼ ਚੱਕਣੀ ਸਾਡਾ ਸਾਡੇ ਹੋਰ ਕੁਝ ਗੈਪ ਹੋਇਆ ਸਾਡੇ ਬੂਟ ਹੀ ਬਹੁਤ ਮਹਿੰਗੇ ਆ ਸਾਡਾ ਮਾਈਕ੍ਰੋਵੇਵ ਵੀ ਗਾਇਬ ਹੈ ਨਾ ਨਾ ਮੈਂ ਕਿਹਾ ਸਾਡੇ ਬੂਟ ਬਹੁਤ ਮਹਿੰਗੇ ਨੇ ਬ్రో ਦੱਸ ਇਹਨੂੰ ਮਾੜਾ ਜਿਹਾ ਬੂਟਾਂ ਬਲ ਕਿੰਨੇ ਪੈਸੇ ਹਾਂ ਜਿੱਦਾਂ ਕਿਦਾਂ ਮੈਂ ਤੇ ਇਨਸਪਾਇਰ ਹੋਇਆ ਸੀ ਉਹ ਬੋਲ ਨਹੀਂ ਇਨਸਪਾਇਰੇਸ਼ਨ ਨਹੀਂ ਦੇਣ ਲਈ ਦੱਸ ਦੱਸ ਹਾਂ ਬੋਲ ਹਾਂ दबदी बोलदी नहीं तू दस हूं जटना शहर पिंडा सियाने कहने ना मच्छर है झोटा चैलेंज किया जट बहुत माड़े ने जटा तो दूर छोटा ਸਮਝੀ ਸਮਝੀ ਮਾੜਾ ਮਾੜਾ ਉਹਨੂੰ ਯੂਜ਼ ਕਰਦੇ ਸੀ ਫੈਂਟਸੀ ਆ ਗਿਆ ਨਹੀਂ ਉਹ ਵੱਡੀਆਂ ਵੱਡੀਆਂ ਹੁੰਦੀਆਂ ਸੀ ਕੀ ਵੱਡੀਆਂ ਵੱਡੀਆਂ ਹੁੰਦੀਆਂ ਸੀ ਗਾਵਾਂ ਗਾਂ ਗਾਂ ਤੇ ਕਦੀ ਬਰੋ ਸਾਹ ਦੇ ਉਹ ਗਾਂ ਨਹੀਂ ਤਾਂ ਕਦੀ ਵਾਏ ਨਹੀਂ ਚੋਟਾ ਇਜ਼ ਯੂਜ਼ ਫॉर ਵੈਲ ਇਨ ਗੁੱਡ ਥਿੰਗਸ ਚੋਟਾ ਇਜ਼ ਪਾਵਰਫੁਲ ਕਹਿਣ ਦਾ ਭਾਵ ਇਹ ਹੀ ਹੈ ਕਿ ਜਿਹੜਾ ਮੇਲ ਮੇਲ ਜੈਂਡਰ ਹੈ ਨਾ ਇਸ ਦੁਨੀਆ ਤੇ ਜਿਹੜਾ ਪੈਦਾ ਕੀਤਾ ਵਾਇਆ ਉਹੀ ਜਾਂਦਾ ਉਹ ਇੱਕ ਹੋ ਡੂੰਗੀ ਕਰਦੀ ਵੀਰ ਜੀ ਕੀ ਖਤਾ ਜੋ ਗੱਲਾਂ ਹੀ ਹੋ ਡੂੰਗੀ ਤੇਰੀ ਸਮਝ ਉਹ ਮੇਰੀ ਚਿੜੀਆਂ ਝੋਟੇ ਕੀ ਬਾਤ ਨੇ ਜੋ ਭੈਣ ਨੂੰ ਕੁੱਤੇ ਵੀ ਡੇਵੇ ਚਲਾਉਣ ਕੱਢ ਕੇ ਆਪਣੀ ਝੂੜ ਮੈਨੂੰ ਦੇ ਦੇ ਸਹੀ ਗੱਲ ਹੈ ਮੈਂ ਵੀ ਸਾਹਮਣਾ ਕੇ ਦੇਖਿਆ ਵਾ ਹੁਣ ਸਵਰਟ ਕੁਇਜ਼ ਚਾਲੂ ਆ ਸੋਮਾਰੇ ਕੁਇਜ਼ ਆ ਨਿਕੋਲ ਦਾ ਵਾ ਫਿਰ ਬੌਬ ਦੇ ਆਣੇ ਆ ਫਿਰ ਬੌਬ ਦੇ ਆਣੇ ਇਹ ਜ਼ਿੰਦਗੀ ਨਾ ਗੋਲਡ ਜੀ ਨਹੀਂ ਹੈਗੀ ਇਹ ਸਭ ਤੇ ਬਹੁਤ ਬਿਜ਼ੀ ਆ ਮੈਂ ਓ ਮਾਈ ਗੋਡ ਗੱਲ ਖੁੱਲਾ ਕੁੜੀਆਂ ਨੇ ਮੇਰਾ ਹੁਸਨ ਦੇਖ ਲੈਣਗੀਆਂ ਮੈਂ ਨਹੀਂ ਦਿਖਾਉਂਦਾ ਬਟਨ ਖੁੱਲਾ ਬਰੋ ਮੇਰਾ ਮੇਰਾ ਹੁਸਨ ਬਾਹਰ ਆ ਰਿਹਾ ਮੈਂ ਮਾਹ ਰੋਕਿਆ ਹੁਣ ਗੋਡਿਆ ਡੀ ਸੈਂਟੀਮੈਂਟ ਮੇਨਟੇਨ ਆ ਬਰੋ ਇਹ ਮਾਤਾ ਕਵੇ ਤੂੰ ਲੋਕਾਂ ਨੂੰ ਹੁਸਨ ਦਿਖਾਉਂਦਾ ਫਿਰਦਾ ਬੇਬੇ ਬਲੌਗ ਨਹੀਂ ਦੀ ਬਰੋ ਮੇਰੀ ਮੇਰੀ ਗੱਲ ਮੇਰੀ ਗੱਲ ਸੁਣੋ ਹੁਣ ਉਹ ਕਿੰਨੀ ਲੋਮੜੀ ਕਿੰਨੀ ਅੰਗੂਰ ਉੱਤੇ ਅੰਗੂਰ ਖੱਟੇ ਆ ਉਹ ਹਾਲ ਇਦਾਂ ਵਾ ਆਹੋ ਤੂੰ ਜਾ ਹੈਗਾ ਨਹੀਂ ਆ ਜਦੋਂ ਮੈਂ ਸਿੱਟਦਾ ਨਾ ਹੋਏ ਉਹ ਮੇਰਾ ਪੁੱਤ ਇੱਕ ਮਿੰਟ ਰੋ ਇੱਕ ਮਿੰਟ ਰੋ ਆਪਣੀ ਚੀਜ਼ਾਂ ਦੇ ਲਈ ਕੇਅਰਿੰਗ ਹੁੰਦੀ ਹੈ ਰਹਿਣ ਅੱਛਾ
ਫਿਰ ਆਪਣੇ ਬੁਆਏਫ੍ਰੈਂਡ ਵਾਸਤੇ ਵੀ ਨਹੀਂ ਕਰੀ ਹੁੰਦੀ ਮੈਂ ਗੱਲ ਜਵਾਬ ਦੇ ਦੇ ਵਾਹ ਕੀ ਬਾਤ ਕੀਤੀ ਯਾਰ ਤੂੰ ਮੈਂ ਜੋ ਨਹੀਂ ਕੀਤੀ ਨਾ ਬਰੋ ਅੱਜ ਫੋਕਸ ਖਾ ਲਿਆ ਕਰੇ ਦਾ ਬੁਆਏਫ੍ਰੈਂਡ ਦਾ ਮੈਨੂੰ ਪਤਾ ਨਹੀਂ ਪਰ ਘਰ ਲਈ ਤਾਂ ਬਹੁਤ ਕੇਅਰਿੰਗ ਹੁੰਦੀ ਹੈ ਇੱਕ ਅੱਛਾ ਕੇਅਰਿੰਗ ਹੁੰਦੀ ਤੂੰ ਫੋਨ ਲੈਂਦੀ ਉਹ ਤੋਂ ਘੱਟ ਘੱਟ $2 ਦਾ ਸਿਰਫ ਗੇਮਾਂ ਖੇਡਣ ਵਾਸਤੇ ਉਹਦੀ ਗੱਲ ਚ ਉਠਾ ਦੇ $2 ਨੇ ਸ਼ਾਇਦ ਉਹ ਸੇ ਲਿਆ ਕਰੋ ਓਏ ਇੱਕ ਹੋਰ ਸਿਆਣੀ ਗੱਲ ਨਾਲ ਦਿੱਤਾ ਹੈ ਉਹਨਾਂ ਮਰਜੀ ਓ ਰਹਿਣ ਦੇ ਅੱਛਾ ਤੂੰ ਇੰਨੀ ਸਿਆਣੀ ਸੀ ਰੱਪੜ ਪਾਇਆ ਹੁਣ ਤੂੰ ਮਨਾ ਕਰ ਦਿੰਦੀ ਕਿਉਂ ਮੈਂਡੀ ਕਰਨ ਦੀ ਗਿਆ ਮੈਂਡੀ ਨੇ ਬਹੁਤ ਮਾੜਾ ਹੋ ਗਿਆ ਤੂੰ ਜਾ ਕੇ ਦੱਸ ਮੈਂਡੀ ਨੇ ਮਾੜਾ ਕੀ ਹੋਇਆ ਓਹ ਕਿਆ ਬਾਤ ਹੈ ਕਿਆ ਬਾਤ ਹੈ ਦੋ ਮੁੰਡੇ ਪਾਸ ਡਿਗਰੀ ਮਿਲ ਜਾਣੀ ਆ ਪਤਾ ਨੀ ਕੁੜੀਆਂ ਦਾ ਹੁੰਦਾ ਨਾ ਸਾਡੇ ਨਾਲ ਕੁੜੀਆਂ ਵਾ ਮਾਂ ਪਾਸ ਹੋ ਰਹੀਆਂ ਕਿਹੜੀਆਂ ਕੁੜੀਆਂ ਜੋ ਬਹੁਤ ਗਲਤ ਗੱਲ ਹੈ ਕੀ ਕਰਨਾ ਮੰਡੀ ਦਾ ਵਿਆਹ ਤੇਰਾ ਹੋ ਗਿਆ ਜ਼ਿੰਦਗੀ ਚ ਮਸਤ ਹੋ ਜਾ ਫੇਲ ਹੋ ਬਰੋ ਤੂੰ ਤਾਂ ਫੇਲ ਹੋ ਜ਼ਿੰਦਗੀ ਚ ਹਾਏ ਕਿਉਂ ਮਾਮਾ ਫੇਲ ਬਰੋ ਬੰਦੇ ਨੂੰ ਤੰਗ ਕਰ ਤੂੰ ਫੀਸਾਂ ਮੰਗਾ ਤੂੰ ਕਹਿ ਭੇਜ ਕਹਿੰਦੇ ਫੀਸ ਕਰ ਮੇਰੀ ਹੁਣ ਤੂੰ ਬਹੁਤ ਹੋ ਗਿਆ ਨੱਕ ਚ ਦਮ ਕਰ ਦੋ ਆਉਣਾ ਹੈ ਉਹਨਾਂ ਨੇ ਫੀਸ ਕੱਢਣੀ ਆ ਦੇਖ ਰਿਹਾ ਮੈਂ ਸਾਬ ਕੁੜੀਆਂ ਨਾ ਬਹੁਤ ਡੋਮੀਨੈਂਟ ਹੁੰਦੀਆਂ ਮੁੰਡਿਆਂ 'ਤੇ ਪਹਿਲਾਂ ਕਹਿ ਦਿੰਦੀਆਂ ਵਾ ਕਿ ਨਹੀਂ ਅਸੀਂ ਇੰਡੀਪੈਂਡੈਂਟ ਹਾਂ ਪਰ ਅੰਗੂਠਾ ਬੰਦੇ ਦੀ ਗੱਲ ਦਿੰਦੀਆਂ ਮੁੰਡੇ ਵੀ ਕੁੜੀਆਂ ਤੇ ਇੰਡੀਪੈਂਡੈਂਟ ਰਹਿੰਦੇ ਨੇ ਸਾਰੀਆਂ ਪਰਸੋਂ ਤੁਹਾਡੀਆਂ ਸਾਰੀਆਂ ਵੀਡੀਓਜ਼ ਦੇਖੀਆਂ ਉਹਦੇ ਵਿੱਚ ਇੱਕ ਥੰਦ ਵੀ ਇੰਨੀ ਕੁ ਆਈ ਮੈਂ ਦੇਖਿਆ ਪਰ ਤੂੰ ਕਿਹਦੇ ਕੋ ਖਾਂਦੀ ਆ ਨਾ ਕਿਹਦੇ ਕਿਦਾਂ ਲਈ ਇਹ ਆ ਦੇਖੋ ਕਿੰਨਾ ਖਾਂਦੀ ਯਾਰ ਇਹਨਾਂ ਮੈਂ ਕਿਹੜਾ ਮੋਟਾ ਹੋ ਜਾਵਾਂ ਯਾਰ ਆ ਦੇਖੋ ਕਿੰਨਾ ਕੁਛ ਲੈ ਕੇ ਆਈ ਆ ਹਾਂ ਪਰ ਹਫ਼ਤੇ 'ਚ ਖਾਂਦੇ ਨੇ ਇੱਕ ਦਿਨ 'ਚ ਖਾ ਜਾਂਦੀ ਆ ਤਾਂ ਆਪਾਂ ਮੋਟੇ ਨਹੀਂ ਹੁੰਦੇ ਹਰਮਨ ਸਹੀ ਗੱਲ ਆ ਹੈਨਾ ਆ ਦੇਖ ਇੱਧਰ ਵੇਖ ਨਹੀਂ ਇੱਧਰ ਸ਼ਹਿਰ ਦੇਖ ਰਹੇ ਤੇ ਆਈਆਂ ਜੀ ਦੋ ਚਵਲਾ ਆਈਆਂ ਕਿੱਦਾਂ ਮੱਖਣ ਲੱਗਦੇ ਆ ਮੈਨੂੰ ਬਣਾ ਦੇ ਮੇਰਾ ਉਹ ਕਿਹੜਾ ਮੈਨੂੰ ਅਸਾਈਨਮੈਂਟ ਪਹਿਲਾਂ ਇੱਕ ਦੂਜਾ ਹੁੰਦਾ ਕਿਹੜਾ ਪਹਿਲਾਂ ਉਹ ਕਹਿੰਦਾ ਡਰਾਫਟ ਫਿਰ ਦੂਜਾ ਬਣਾ ਕੇ ਉਹ ਕਾਪੀ ਫਿਰ ਰੋਜ਼ਗਾਰ ਦੇ ਮੈਨੂੰ ਤਾਂ ਪਤਾ ਨਹੀਂ ਦਿੱਤੀ ਕਿੱਦਾਂ ਇਹਨੇ ਦੱਸਿਆ ਮੈਨੂੰ ਤਾਂ ਕੰਮ ਜਾ ਫਿਰ ਇਹਨੇ ਦੱਸਿਆ ਹਮਾਰੇ ਮੈਨੂੰ ਨਹੀਂ ਦੇ ਸਕਦੇ ਨਾ ਸੇਮ ਚੇਂਜ ਕਰਤਾ ਤੁਹਾਡੇ ਕੋਲ ਹੈ ਹੀ ਫੇਲ ਹੋਣਾ ਸੀ ਤੁਹਾਡੇ ਮੈਨੂੰ ਲੈ ਕੇ ਉਹਨੂੰ ਚੇਂਜ ਕਰ ਦਿੰਦੇ ਥੋੜਾ ਜਿਹਾ ਫੋਨ ਨੰਬਰ ਆਇਆ ਠੀਕ ਹੈ ਰੈਫਰੈਂਸ ਆ ਪਾ ਦਾਂਗੇ ਹਾਂ ਚਵਲ ਜੀ ਜ਼ਿਆਦਾ ਡਾਊਨ ਬਣਾ ਫਿਰ ਆ ਵੇਖ ਲਓ ਵਿਚਾਰੇ ਕਿੱਦਾਂ ਜਗਾਲ ਲਾਉਣੇ ਫਿਰ ਦਮ ਜਾਣੇ ਜੇ ਫਿਰ ਕੁੜੀ ਕਰੀ ਕਰੀ ਖਾਂਦਾ ਪੀ ਨਾਲ ਤੱਕ ਨੂੰ ਪੁੱਛੇ ਨਹੀਂ ਹੈਗਾ ਤੂੰ ਸੰਤ ਨਮੀਜ਼ ਦਾ ਪੁੱਛੇਗੀ ਅੱਜ ਕਰਾਂਗੇ ਰੱਜ ਕੇ ਲਗਾਤਾਰ ਕਰੀ ਕਰੀ ਕਰਦੀ ਜਾਣੇ ਠੇਠਾ ਪੈ ਦੀ ਬਸ ਕਹਿੰਦੇ ਮੇਰੀ ਵੀਰੇ ਉਹ ਟਾਈਮ ਆ ਗਿਆ ਠਿੱਠ ਕਰਨੀ ਆ ਪੂਰੀ ਰੱਜ ਕੇ ਰਜਵੀਂ ਠਿੱਠ ਕਰਨੀ ਆ ਆ ਜਾਓ ਰੋਟੀਆਂ ਖਾ ਰਹੀਆਂ ਕੋਈ ਨਾ ਵੀਡੀਓ ਖਾਣੀ ਇਕੱਲੀ ਇਕੱਲੀ ਆ ਦੇਖੋ ਕਹਿੰਦੇ ਆ ਐਸੀ ਬੇਸ਼ਰਮ ਆ ਨਾ ਐਸੀ ਬੇਸ਼ਰਮ ਆ ਇਹਨੇ ਪੁੱਛਿਆ ਤੂੰ ਰੋਟੀ ਖਾਣ ਹੁਣ ਤੂੰ ਆਪੇ ਦੱਸ ਦੇ ਤੇਰੀ ਗਾਲ ਕਿਹੜੀ ਕੱਢੀਏ ਭੈਣ ਹੈ ਕਿ ਤੈਨੂੰ ਗੱਲ ਕੱਢ ਨਹੀਂ ਸਕਦੇ ਤੂੰ ਕੋਈ ਗੰਦੀ ਗਾਲ ਸੋਚ ਆਪਣੇ ਨੂੰ ਲੜਾ ਮੈਂ ਤੈਨੂੰ ਕੀ ਕਿਹਾ ਸੀ ਇਹਨੇ ਇਹੀ ਕਹਿਣਾ ਬਸ ਹੁਣ ਤੂੰ ਕੱਢੀ ਨੱਕ ਹੱਥ ਵਾਲੇ ਕੰਨਾਂ ਨੂੰ ਇਹ ਕੀ ਹੋ ਗਿਆ ਬਸ ਇਹ ਹੁਣ ਪੂਰਾ ਦਿਨ ਨਹੀਂ ਸੁਣ ਸਾਹ ਲੈਂਦੀ ਅਫਸੋਸ ਹੋਊਗਾ ਵੇਖ ਲਿਓ ਮੈਨੂੰ ਇਹ ਗੱਲ ਦੱਸ ਆਂਟੀ ਉਹਨੂੰ ਕੀ ਖਾ ਕੇ ਜੰਮਿਆ ਸੀ ਇੰਨਾ ਸੌਂਦਾ ਇਹਨੂੰ ਜਗ੍ਹਾ ਮਿਲ ਜਾਏ ਟੇਢਾ ਹੁੰਦੀ ਬਸ ਹੈ ਇਹਦੀ ਆਵਾਜ਼ ਸੁੱਤਾ ਨਹੀਂ ਹਰ ਜਗ੍ਹਾ ਲੜ ਜਾਂਦਾ ਹਰ ਜਗ੍ਹਾ ਦੇਖੋ ਦੂਹੋ ਦੂ ਚੱਲ ਗਈਆਂ ਅਸਾਈਨਮੈਂਟਾਂ ਕਿਆ ਬਾਤ ਹੈ ਆ ਗਈ ਮੇਲ ਨਾਨਕਾ
ਅੱਧੇ ਜਿਆਦੀ ਲਾਇਬ੍ਰੇਰੀ ਚ ਵੀ ਕੰਮ ਪੜਨ ਵਾਸਤੇ ਪਤਾ ਨਹੀਂ ਬੋਬ ਦੀ ਕਲਾਸ ਆ ਲੈਫਟ ਮੰਗਾਇਆ ਮੇਰੇ ਕੋਲ ਚਾਰਜਰ ਵੀ ਹੈ ਉਹਨੇ ਸਪੈਸ਼ਲ ਲਿਖ ਕੇ ਭੇਜਿਆ ਲੈਪਟਾਪ ਚਾਰਜ ਹੋਣਾ ਚਾਹੀਦਾ ਵਾ ਹੁਣ ਚਾਰਜਰ ਦਾ ਇੰਤਜ਼ਾਮ ਕੀਤਾ ਵਾ ਮੰਗ ਢੰਗ ਕੇ ਕੀ ਕਹਿੰਦੇ ਚੱਲ ਫਿਰ ਤੂੰ ਬੋਲ ਸਨੋਜ ਕੰਮ ਕਰਦੇ ਹੋਈ ਜਮਦੂਰ ਨੇ ਝੋਟਾ ਲੈ ਕੇ ਆਇਆ बेसन के पकौड़े बनी मेरा पढ़ किलो हिसाब ना कटन दिया तू दली ने किलो हिसाब ब्रो निकोल पटाली मैं भाभी फीस ਫੀਸ ਤੇ ਭਰੂਗਾ ਬ੍ਰੋ $5,000 ਆ ਲਾਈਫ ਟਾਈਮ ਕੀ ਆ ਓਏ ਕੇਤਨ ਤਨ ਕਰ ਸੁਕਟ ਦੇਖ ਦੋ ਮਹੀਨੇ ਕਾਫੀ ਵੰਡ ਇਹ ਨੇ ਪੁੱਛੀ ਰੋਟੀ ਪੁੱਛੀ ਆ ਰੋਟੀ ਨਹੀਂ ਪੁੱਛੀ ਕੱਲੀ ਕੱਲੀ ਖਾ ਜਾਂਦੀ ਆ ਐਡੀ ਬੇਸ਼ਰਮ ਹੋਈ ਪਈ ਨਾ ਅੱਜ ਕੱਲ੍ਹ ਕਹਿਣ ਦੀ ਗੱਲ ਨਹੀਂ ਹੁਣ ਪਾ ਆਉਣੀ ਵੇਖ ਕਿੱਦਾਂ ਤਰਲੇ ਪਾਉਂਦੀ ਹੈ ਬਰੋ ਨਹੀਂ ਆਪਾਂ ਜਾ ਰਹੇ ਕਰੋ ਸੈਰਨ ਸਾਰੇ ਜਣੇ ਕੀ ਆਇਆ ਨਾ ਕਰ ਕੀ ਆਇਆ ਨਾ ਕਰ ਉਹ ਮੇਰਾ ਲੈਪਟਾਪ ਰਹਿ ਗਿਆ ਰਵੀ ਖੋਲੀ ਮੈਂ ਡਿੱਗੀ ਯਾਰ ਅਤੇ ਆ ਵੀ ਅੱਜ ਆ ਬਲੈਕ ਫਰਾਈਡੇ ਅੱਜ ਸਾਰੇ ਕਦਰ ਨੂੰ ਕੰਮ 'ਚ ਤਿਆਰ ਹੈ ਸਾਰੇ ਨੂੰ ਅਰਮਾਨ ਨੂੰ ਆਉਂਦੇ ਵਾ ਮੈਂਡੀ ਨੂੰ ਆਉਂਦੇ ਵਾ ਦੇਖਣਦੇ ਤੁਸੀਂ ਬੜੇ ਆਰਾਮ ਜਿਹੜੇ ਸਾਰੇ ਇੱਕ ਤੇ ਵੱਡਾ ਆਰਾਮ ਜ਼ਿਆਦਾ ਵਾ ਅੱਜ ਸਾਰਿਆਂ ਨੂੰ ਕੰਮ 'ਚ ਤਿਆਰ ਹੈ ਬਲੈਕ ਫਰਾਈਡੇ ਇਹ ਨਹੀਂ ਮੈਂ ਕੁਛ ਲੈ ਲਾਂ ਕੋਈ ਫਾਇਦਾ ਨਹੀਂ ਹੈਗਾ ਯਾ ਆਰਾਮ ਜਿਹਾ ਪੰਪ ਲੈ ਖਰਚਾ ਕਰਾ ਦਿੱਤਾ ਆ ਲੈ ਤਾਂ ਕੀ ਕਹਿੰਦੇ ਆ 300 ਰੁਪਏ ਦਾ ਡਰੋਨ ਆ ਮਗਰ ਲੈ ਲਈਏ ਕਾਲਜ ਬਹਿ ਕੇ ਆ ਕਰਾਂਗੇ ਇਹ ਹਰਮਨ ਨਾਲ ਫਿਰ ਸਾਰੇ ਬਲੌਗ ਕਰਾਂ ਜਗਾੜ ਦਾ ਲੈ ਤੂੰ ਪੁੱਠਾ ਸਿੱਧਾ ਕਾ ਜਾ ਜਾਣ ਦੇ ਸਾਨੂੰ ਵੀ ਦਵਾ ਦੂੰ ਦਵਾ ਇਹ ਕਿਹੜਾ ਸ਼ਾਰਟ ਆਊਟ ਕਾਰਡ ਦਾ ਹਾਂ ਬਾਈ ਘੱਟ ਵਾਂ ਦੱਸ ਰਾਂ ਬੰਦੇ 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 ਕੋਲੇ ਕ੍ਰੈਸਲਰ ਹੋਵੇ ਤੇ ਬੰਦੇ ਕੋਲੇ ਡਰੋਨ ਨਾ ਹੋਵੇ ਲਾਂ ਤਾਂ ਵਾਈਫਾਈ ਬਲੌਗ ਕਰਾਂਗੇ ਪੰਪ ਦੇ ਦੇ ਕੇ ਸਾਲੇ ਨੇ ਆ ਦਵਾਤਾ ਮੈਂ ਲੈਣ ਨਹੀਂ ਆਇਆ ਸੀ ਮੈਂ ਮੈਕਬੁੱਕ ਵੀ ਦਵਾਵਾਂਗਾ 500 ਪੂਰਾ ਕਰਦੇ ਸਾਡੇ ਕੋਲੇ ਕੁਝ ਹੈ ਨਹੀਂ ਸਾਡੇ ਤੋਂ ਵੀ ਤੈਨੂੰ ਰੱਖਿਆ ਤਾਂ ਸਵਾਦ ਲੈਣਾ ਇਹ ਕੱਲੇ ਲੀਰ ਕੈਮਰਾ ਲੈ ਬਲੌਗਰ ਇਹਨਾਂ ਕੋਲ ਜੇ ਇਹਨਾਂ ਕੋਲ ਹੋਊਗਾ ਬਣੇ ਦਾ ਦਿਲ ਏਡੇ ਨੇ ਆਹੋ ਆ ਚੱਕਰ ਆ ਗੱਲ ਕੋਈ ਨਹੀਂ ਹੈ ਦੇਖਣ ਜਿਗਰ ਦੇਖਣ ਭਰਾਦਾ ਤੈਨੂੰ ਚੀਜ਼ਾਂ ਨੂੰ ਸਾਰਿਆਂ ਨੂੰ ਫਿਰਦੇ ਗਿਆ ਵੀ ਪੱਟ ਦਾਂ ਵੀ ਪੱਟ ਦਾਂ ਲੈਣ ਨੂੰ ਹੈ ਨਹੀਂ ਕੋਈ ਹਰਾਮ ਜਾਂਦੇ ਨੇ 3000 ਵਾਲੇ ਨੂੰ ਹੱਥ ਪਾਉਂਦੇ ਆ ਉਹ ਕਾ ਦੇਖੀ ਚਾਲੋ ਚੱਲ ਕੇ ਬਾਹਰ ਲੈ ਕੇ ਭੈਣ 3000 ਵਾਲੇ ਨੂੰ ਹੱਥ ਪਾਇਆ ਤੂੰ ਤਾਂ ਕੈਮਰਾ ਓਏ ਹੋਰ ਇਹਨਾਂ ਦਾ ਕੀ ਕਰਨਾ ਯਾਰ ਆ ਦੇਖ ਨਵਾਂ ਲੈਤਾ ਕੱਲ ਹੀ ਪ੍ਰਭਾਵ ਆਪਣਾ ਸ਼ਕਲ ਦੇ ਪ੍ਰਭਾਵ ਨਹੀਂ ਸ਼ਕਲਾਂ ਤੇਰੀ ਹੈ ਨਹੀਂ ਆ ਕਹਿੰਦੇ ਮੁੰਡੇ ਦੱਬਦੇ ਆ ਇੱਕ ਹੋਰ ਲੈ ਲਿਆ ਜੋ ਉਹ ਪਿਆ ਐ ਕੀ ਬਾਤਾਂ ਨੇ ਕੀ ਬਾਤਾਂ ਨੇ ਆ ਇੱਧਰ ਵੇਖ ਲਓ ਆ ਦੋਨੋਂ ਸਿਰ ਵੇਖਣ ਆਇਆ ਉਹ ਲੈ ਲੈ ਕਿਹੜਾ ਲੈਪਟਾਪ ਐਪਲ ਵਾਲਾ ਓ ਹੋ ਹੋ ਲੈਪਟਾਪ ਨਹੀਂ ਉਹਨਾਂ ਨੇ ਮੈਕਬੁੱਕ ਹੁੰਦੀ ਸੀ ਉਹਦਾ ਤਾਂ ਲੈਪਟਾਪ ਵਾਹ ਜੀ ਵਾਹ ਵਾਹ ਜੀ ਵਾਹ ਕੰਫੀਡੈਂਸ ਬਹੁਤ ਹੈ ਦਿਖਾਈ ਵੀ ਨਾ ਨਜ਼ਰ ਲਾਇਆ ਨਹੀਂ गरीबी भावे गई नहीं शक्ल देख मेरी पाली
ਕ੍ਰੈਸਲਰ ਕੱਢ ਓਏ ਵਾਹ ਗੁਰੂ ਵਾਹ ਗੁਰੂ ਐਡਾ ਵੱਡਾ ਜੰਤਰ